ਦੀਨਾਨਗਰ ਤੇ ਪਠਾਨਕੋਟ ਵਿਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਇਕ ਵਾਰ ਫਿਰ ਤੋਂ ਜ਼ਿਲ੍ਹਾ ਗੁਰਦਾਸਪੁਰ ਦੇ ਸ਼ਹਿਰ ਦੀਨਾਨਗਰ ਵਿਚ ਲਿਟਲ ਫਲਾਵਰ ਕਾਨਵੈਂਟ ਸਕੂਲ ਦੇ ਨੇੜੇ ਤੇੜੇ ਕਾਲੇ ਰੰਗ ਦੀ ਵਰਦੀ ਵਿਚ ਸ਼ੱਕੀ ਹਥਿਆਰਬੰਦ ਵਿਅਕਤੀਆਂ ਨੂੰ ਦੇਖੇ ਜਾਣ ਦੀ ਸੂਚਨਾ ਪੁਲਿਸ ਨੂੰ ਮਿਲੀ ਹੈ। ਜਿਸ ਤੋਂ ਬਾਅਦ SSP ਜਸਦੀਪ ਸਿੰਘ ਤੇ ASP ਸੁਰਿੰਦਰ ਲਾਂਬਾ ਦੀ ਅਗਵਾਈ ਵਿਚ ਪੰਜਾਬ ਪੁਲਿਸ ਤੇ ਸਵੈਟ ਟੀਮ ਨੇ ਮੌਕੇ ਤੇ ਪਹੁੰਚ ਕੇ ਸਕੂਲ ਤੇ ਇਲਾਕੇ ਦੀ ਛਾਣਬੀਣ ਸ਼ੁਰੂ ਕੀਤੀ ਹੈ। ਬੱਚਾ ਇਸ ਵੇਲੇ ਦੇਖੋ ਡਰਿਆ ਹੋਇਆ ਬੜਾ, ਕਿਉਂਕਿ ਜੋ ਉਹਨੇ ਦੱਸਿਆ ਸੀਗਾ ਕਾਫੀ ਇਹਦੇ ਨਾਲ ਹਸਲ ਵਸਲ ਹੋ ਗਈ ਹੈ, ਮੀਡੀਆ ਪਹੁੰਚ ਗਿਆ, ਸਾਰੇ ਲੋਕਾਂ ਦੇ ਵਿੱਚ ਇਸ ਚੀਜ਼ ਦੇ ਨਾਲ ਆਸ ਪਾਸ ਲੋਕਾਂ ਦੇ ਜਿਹੜਾ ਹੈਗਾ ਫੈਲ ਗਈ ਹੈ ਥੋੜ੍ਹਾ ਜਿਹਾ, ਅਤੇ ਉਹਦੇ ਨਾਲ ਥੋੜ੍ਹਾ ਜਿਹਾ ਡਰਿਆ ਹੋਇਆ। ਹਜੇ ਇਹਨੂੰ ਮੇਰਾ ਤਾਂ ਇਹ ਸੁਝਾਅ ਹੈਗਾ ਵੀ ਆਪਾਂ ਇਹਨੂੰ ਜ਼ਿਆਦਾ ਹੋਰ ਨਾ ਕਰੀਏ। ਅਸੀਂ ਆਪਣਾ ਜਿਹੜਾ ਅਲਰਟਨੈਸ ਲੈਵਲ ਹੈਗਾ ਉਹਨੂੰ ਅਸੀਂ ਮੇਨਟੇਨ ਕਰ ਰਹੇ ਹਾਂ ਐਜ਼ ਇਟ ਇਜ਼। ਸਾਡਾ ਜਦੋਂ ਇਨਫੋਰਮੇਸ਼ਨ ਮਿਲਦੇ ਨਾਲ ਹੀ ਡਿਸਟ੍ਰਿਕਟ ਲੈਵਲ ਦੇ ਵਿੱਚ ਹੀ ਇੰਕਲੂਡਿੰਗ ਅਡਜੋਇਨਿੰਗ ਡਿਸਟ੍ਰਿਕਟ ਜਿਹੜੇ ਹੈਗੇ ਪਠਾਨਕੋਟ ਹੈਗਾ ਹੋਰ ਹੈਗਾ, ਅਸੀਂ ਸਾਰੇ ਜਗ੍ਹਾ ਸਾਡੇ ਨਾਲ ਸਰਚ ਓਪਰੇਸ਼ਨ ਈਵਨ ਦੈਮ ਚਾਹੇ ਫੇਕ ਵੀ ਹੋਵੇ ਈਵਨ ਦੈਮ ਉਹਨੂੰ ਵੀ ਅਸੀਂ ਮੰਨ ਕੇ, ਅਤੇ ਜਿਹੜੇ ਸਾਡਾ ਅਲਰਟਨੈਸ ਲੈਵਲ ਹੈਗਾ ਉਹ ਬਿਲਕੁਲ ਮੇਨਟੇਨਡ ਹੈ। ਅਸੀਂ ਸਰਚ ਓਪਰੇਸ਼ਨ ਵੀ ਚਲਾ ਰਹੇ ਹਾਂ ਅਤੇ ਆਲੇ ਦੁਆਲੇ ਸਾਡੀ ਫੋਰਸ ਦੀ ਪ੍ਰੈਜੈਂਸ ਜਿਹੜੀ ਆ ਉਹ ਬਿਲਕੁਲ ਠੀਕ ਹੈ। ਜਿਹੜੀ ਕਾਲ ਵੀ ਇੱਕ ਇੰਟਰਸੈਪਟ ਹੋਈ ਸੀਗੀ, ਕੋਈ ਬੰਦੇ ਬੰਦੇ ਆ ਰਹੇ ਕੁਛ ਨਹੀਂ, ਉਹਦੇ ਨਾਲ ਕੋਈ ਇਸ ਤਰ੍ਹਾਂ ਦਾ ਹਜੇ ਤੱਕ ਮੇਲ ਨਹੀਂ ਆਇਆ। ਬਾਕੀ ਅਸੀਂ ਇਹ ਜਿਹੜੀ ਇਨਫੋਰਮੇਸ਼ਨ ਆ ਬਾਕੀ ਸਿਸਟਰ ਏਜੰਸੀ ਨਾਲ ਵੀ ਸ਼ੇਅਰ ਕਰ ਲਈ ਹੈ ਜੋ ਸਾਡਾ ਡਿਊਟੀ ਬਣਦੀ ਸੀ, ਅਤੇ ਹਜੇ ਤੱਕ ਕੋਈ ਇਸ ਤਰ੍ਹਾਂ ਦਾ ਕਲੂ ਨਹੀਂ ਆਇਆ ਜਿਹੜਾ ਕਿ ਆਲੇ ਦੁਆਲੇ ਸਾਰੇ ਸਕੂਲ ਗੁਜਰਿਆਂ ਡੇ ਰਹੇ ਹੈਗੇ ਸਰ, ਕੀ ਉਹਨਾਂ ਲਈ ਤੁਸੀਂ ਕੀ ਉਹਨਾਂ ਦੇਖ ਰਹੇ? ਅਸੀਂ ਉਹਨਾਂ ਦਾ ਸਰਚ ਪਹਿਲਾਂ ਵੀ ਸਾਡੇ ਕੋਲ ਸਾਰਾ ਡਾਟਾਬੇਸ ਹੈਗਾ ਬਣਿਆ ਹੋਇਆ, ਸਰਪ੍ਰਾਈਜ਼ ਚੈੱਕਸ ਉਹਨਾਂ ਦੇ ਚੱਲਦੇ ਰਹਿੰਦੇ ਆ, ਜਦੋਂ ਜੇ ਕੋਈ ਉੱਥੇ ਸਾਨੂੰ ਆਊਟਸਾਈਡਰ ਮਿਲਦਾ ਜਾਂ ਕੁਛ ਹੁੰਦਾ ਤਾਂ ਉਹਦੇ ਖਿਲਾਫ ਜੋ ਬਣਦੀ ਕਾਰਵਾਈ ਕੀਤੀ ਜਾਂਦੀ ਹੈ। ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੀ, ਅਸੀਂ ਸਾਰਾ ਹਜੇ ਬਾਹਰੋਂ ਵੀ ਕਲੋਜ਼ਲੀ ਦੇਖਣਾ। ਪਹਿਲਾਂ ਸਾਡੀ ਪ੍ਰਾਇਓਰਟੀ ਸੀਗੀ ਬੱਚਿਆਂ ਨੂੰ ਸੇਫਲੀ ਜਿਹੜਾ ਹੈਗਾ ਭੇਜਣਾ। ਡੇਢ ਵਜੇ ਸਕੂਲ ਛੁੱਟੀ ਹੋ ਚੁੱਕੀ ਆ, ਆਲਮੋਸਟ ਵਰਕ ਸਾਰੇ ਜਾ ਚੁੱਕੇ, ਅਸੀਂ ਇਹਨੂੰ ਹੋਰ ਮਾਈਨੋਰਿਟੀ ਦੇਖਾਂਗੇ। He told me he saw somebody on the ground, but when I checked the CCTV camera, we did not see anything. And our gatekeepers also telling they did not see anything. What he said, how many people are there? He saw two people with the gun, he is telling, but we did not see. Where they go? What he said? That he did not see anything. Gurdaspur to Avtar Singh di report, ਪਰੇ ਦਾ ਟੀਵੀ।